ਅਖਿਲ ਭਾਰਤੀ ਪਰਿਵਾਰ ਪਾਰਟੀ ਉਹ ਪਾਰਟੀ ਹੈ ਕਿ ਜਿਹੜੇ ਨੌਨ ਪੋਲੀਟੀਕਲ ਬੈਕਗਰਾਊਂਡ ਤੋਂ ਆਉਂਦੇ ਨੇ, ਜਿਹਨਾਂ ਦੀ ਆਰਥਿਕ ਹਾਲਤ ਉਨੀ ਵਧੀਆ ਨਹੀਂ, ਜਿਹੜੇ ਆਮ ਘਰਾਂ ਦੇ ਲੋਕ ਨੇ, ਉਹਨਾਂ ਸਾਰਿਆਂ ਨੂੰ ਚਾਂਸ ਦਿੱਤਾ ਹੈ। ਜਿਹੜੇ ਧਰਮਿੰਦਰ ਸਿੰਘ ਹੈ ਉਹ ਇੱਕ ਅਭਿਆਨ ਚਲਾ ਰਹੇ ਨੇ, ਕਰਜ਼ਾ ਮੁਕਤੀ ਅਭਿਆਨ, ਜਿਨ੍ਹਾਂ ਦਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕੰਮ ਧੰਦਾ ਖਰਾਬ ਹੋਇਆ। ਜੇ ਕਰਜ਼ਾ ਅਮੀਰਾਂ ਦਾ ਮਾਫ਼ ਹੋ ਸਕਦਾ ਤਾਂ ਕਰਜ਼ਾ ਗਰੀਬਾਂ ਦਾ ਵੀ ਮਾਫ਼ ਹੋ ਸਕਦਾ। ਨਮਸਕਾਰ ਦੋਸਤੋ, ਮੈਂ ਰਾਜਿੰਦਰ ਦੱਤ, ਤੁਸੀਂ ਦੇਖ ਰਹੇ ਹੋ ਅਰਥ ਪ੍ਰਕਾਸ਼ ਟੀਵੀ। ਦੋਸਤੋ, ਜਿਵੇਂ ਜਿਵੇਂ ਗਰਮੀ ਦਾ ਮੌਸਮ ਆਪਣਾ ਪਾਰਾ ਵਧਾ ਰਿਹਾ ਹੈ, ਉਸੇ ਤਰ੍ਹਾਂ ਚੁਣਾਵੀ ਸਰਗਰਮੀਆਂ ਜਿਹੜੀਆਂ ਹੈ ਉਹਨਾਂ ਦਾ ਪਾਰਾ ਵੀ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਅੱਜ ਦੀ ਚੁਣਾਵੀ ਚਰਚਾ ਵਿੱਚ ਸਾਡੇ ਦਰਮਿਆਨ ਜਿਹੜਾ ਚਿਹਰਾ ਹੈ ਉਹ ਕਿਸਾਨੀ ਅੰਦੋਲਨ ਦਾ ਬਹੁਤ ਹੀ ਜਾਣਿਆ ਪਛਾਣਿਆ ਚਿਹਰਾ ਹੈ, ਅਤੇ ਇਹਨਾਂ ਦਾ ਜਿਹੜਾ ਅਭਿਆਨ ਹੈ ਇਹ ਕੋਸ਼ਿਸ਼ ਕਰ ਰਹੇ ਹੈ ਕਰਜ਼ਾ ਮੁਕਤੀ ਵਾਸਤੇ। ਇਹ ਆਮ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਕਰਜ਼ਾ ਤੋਂ ਮੁਕਤ ਕਰਵਾਉਣ ਲਈ, ਉਹਨਾਂ ਦੇ ਫਾਰਮ ਭਰਦੇ ਨੇ ਅਤੇ ਉਹਨਾਂ ਨੂੰ ਗਾਈਡ ਕਰਦੇ ਨੇ। ਇਹ ਨੇ ਅਖਿਲ ਭਾਰਤੀ ਪਰਿਵਾਰ ਪਾਰਟੀ ਤੋਂ ਧਰਮਿੰਦਰ ਸਿੰਘ ਹਰਮਨ ਜੀ, ਇਹਨਾਂ ਦਾ ਪਿੰਡ ਹੈ ਘਨੌਲੀ ਜੋ ਜ਼ਿਲ੍ਹਾ ਰੋਪੜ ਦੇ ਵਿੱਚ ਹੈ, ਉਹਨਾਂ ਨਾਲ ਗੱਲ ਕਰਦੇ ਹਾਂ। ਧਰਮਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਚੈਨਲ 'ਤੇ। ਸਭ ਤੋਂ ਪਹਿਲਾਂ ਤੁਹਾਡੇ ਜਿੰਨੇ ਵੀ ਸਰੋਤੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਸਾਰਿਆਂ ਦਾ ਮੇਰਾ ਅਤੇ ਮੇਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ। ਜਿੰਨੀ ਤੁਹਾਡੀ ਟੀਮ ਹੈ ਅਰਥ ਪ੍ਰਕਾਸ਼ ਦੀ, ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ। ਧਰਮਿੰਦਰ ਜੀ, ਇਹ ਰਾਜਨੀਤੀ ਜਿਹੜੀ ਹੈ ਇਹ ਸਫ਼ਰ ਕਿਵੇਂ ਸ਼ੁਰੂ ਹੋਇਆ? ਇਹ ਰਾਜਨੀਤੀ ਦਾ ਸਫ਼ਰ ਹੈਗਾ, ਜੇ ਤੱਕ ਮੈਂ ਕਹਾਣੀ ਛੇੜਾਂ ਤਾਂ ਬਹੁਤ ਲੰਬੀ ਕਹਾਣੀ ਆ, ਪਰ ਜਿਹੜੀ ਰਾਜਨੀਤੀ ਸਾਡਾ ਸਭ ਕੁਝ ਤੈਅ ਕਰਦੀ ਹੈ, ਜਿਹੜੀ ਰਾਜਨੀਤੀ ਇਹ ਸਾਡਾ ਸਾਰਾ ਕੁਝ ਤੈਅ ਕਰਦੀ ਹੈ, ਅਸੀਂ ਖਾਣਾ ਕੀ ਹੈ, ਪਹਿਨਣਾ ਕੀ ਹੈ, ਅਸੀਂ ਕੀ ਕਰਨਾ ਹੈ, ਕਿੱਥੇ ਜਾਣਾ, ਹਰ ਚੀਜ਼ ਸਾਡੀ ਰਾਜਨੀਤੀ ਤੈਅ ਕਰਦੀ ਹੈ। ਜਿਵੇਂ ਸਾਡੇ ਜਿਹੜੇ ਪੋਲੀਟੀਕਲ ਸਾਡੇ ਟ੍ਰੇਨਰ ਨੇ ਸ਼ਾਹਨਵਾਜ਼ ਚੌਧਰੀ ਭਾਰਤੀ, ਉਹ ਵੀ ਕਹਿੰਦੇ ਨੇ ਸਾਡੇ ਕੋਲ ਦੋ ਹੀ ਵਿਕਲਪ ਨੇ, ਜਾਂ ਤਾਂ ਤੁਸੀਂ ਰਾਜਨੀਤੀ ਦਾ ਹਿੱਸਾ ਹੋ, ਜਾਂ ਤਾਂ ਸ਼ਿਕਾਰ ਹੋ। ਅਤੇ ਜ਼ਿਆਦਾਤਰ ਲੋਕ ਸ਼ਿਕਾਰ ਨੇ, ਅਤੇ ਮੈਂ ਸੋਚਿਆ ਕਿ ਕਿਉਂ ਨਾ ਸ਼ਿਕਾਰ ਬਣਨ ਨਾਲੋਂ ਹਿੱਸਾ ਬਣਨ ਦੀ ਕੋਸ਼ਿਸ਼ ਕੀਤੀ ਜਾਵੇ। ਅਤੇ ਅੱਜ ਲੋਕਾਂ ਨੇ ਸਾਥ ਦਿੱਤਾ, ਸਹਿਯੋਗ ਦਿੱਤਾ, ਅਤੇ ਇਸ ਰਾਜਨੀਤੀ ਦੇ ਵਿੱਚ ਨਵੀਆਂ ਉਚਾਈਆਂ ਛੂ ਰਹੇ ਹਾਂ। ਕਿਸਾਨੀ ਅੰਦੋਲਨ 'ਚ ਬੜਾ ਅਹਿਮ ਰੋਲ ਅਦਾ ਤੁਸੀਂ ਕੀਤਾ, ਅਤੇ ਕਿਸਾਨੀ ਅੰਦੋਲਨ 'ਚ ਜਾਣਾ ਕਿਵੇਂ ਹੋਇਆ? ਕਿਸਾਨੀ ਅੰਦੋਲਨ ਇੱਕ ਉਹ ਲਹਿਰ ਸੀਗੀ ਜਿਹੜੀ ਸਾਡੇ ਪਿੰਡਾਂ ਤੋਂ, ਸ਼ਹਿਰਾਂ ਤੋਂ, ਕਸਬੇ 'ਤੇ ਉੱਠੀ, ਜਿਹੜੀ ਸਾਡੀ ਧੁਰ ਦੀ ਕਹਾਣੀ ਹੈ, ਜਿਹੜੀ ਸਾਡੀ ਨਸਲਾਂ ਬਚਾਉਣ ਦੀ ਕਹਾਣੀ ਸੀ, ਫਸਲਾਂ ਅਤੇ ਨਸਲਾਂ ਦੀ। ਉਹਦੇ ਵਿੱਚ ਚਲੋ ਵਾਹਿਗੁਰੂ ਦਾ ਹੁਕਮ ਹੋਇਆ, ਅਸੀਂ ਸੇਵਾ ਨਿਭਾਈ, ਅਤੇ ਉਸ ਅੰਦੋਲਨ ਦੌਰਾਨ ਬਹੁਤ ਕੁਝ ਸਿੱਖਿਆ, ਬਹੁਤ ਕੁਝ ਜ਼ਿੰਦਗੀ ਦਾ ਜੀਣ ਦਾ ਨਜ਼ਰੀਆ ਬਦਲ ਗਿਆ। ਪਰ ਜਿਹੜੀ ਸਾਡੀ ਕਿਸਾਨੀ, ਅਸੀਂ ਪੂਰੇ ਵਰਲਡ ਦੇ ਵਿੱਚ ਕਿਸਾਨੀ ਅਤੇ ਟਰਾਂਸਪੋਰਟ ਲਈ ਫੇਮਸ ਆ, ਲੋਕ ਸਾਨੂੰ ਦੇਖ ਕੇ ਸਿੱਖਦੇ ਨੇ, ਅਸੀਂ ਰੋਲ ਮਾਡਲ ਹਾਂ। ਪਰ ਅਸੀਂ ਆਪਣੀ ਧਰਤੀ ਦੇ ਅੰਦਰ, ਆਪਣੇ ਪੰਜਾਬ ਦੇ ਅੰਦਰ, ਆਪਣੇ ਰਾਜ ਦੇ ਅੰਦਰ, ਅਤੇ ਸਾਡਾ ਇਹ ਹਾਲਾਤ ਹੋ ਗਿਆ ਕਿ ਅੱਜ ਜਿਹੜੀ ਕਿਸਾਨੀ ਹੈ ਅਤੇ ਜਿਹੜੀ ਸਾਡਾ ਟਰਾਂਸਪੋਰਟ ਦਾ ਧੰਦਾ ਹੈ, ਦਿਨ ਭਰ ਦੇ ਨਿੱਗਰਦਾ ਜਾ ਰਿਹਾ, ਅਸੀਂ ਥੱਲੇ ਨੂੰ ਜਾਈ ਜਾ ਰਹੇ ਹਾਂ, ਕੋਈ ਸੋਚਣ ਵਾਲਾ ਨਹੀਂ। ਜਿਹੜੇ ਉਹ ਕਾਲੇ ਕਾਨੂੰਨ ਸੀ ਉਹ ਸਾਡੀ ਕਿਸਾਨੀ ਨੂੰ ਦੱਬਣ ਵਾਸਤੇ ਸੀਗੇ, ਉਹ ਤਾਂ ਚਲੋ ਕਲਾ ਵਰਤੀ, ਅਤੇ ਉਹ ਜਿਹੜਾ ਸੱਚਾ ਪਰਮ ਪਿਤਾ ਪਰਮਾਤਮਾ ਹੈ ਉਹਨਾਂ ਦੀ ਰਹਿਨੁਮਾਈ ਹੇਠ ਜਿਹੜਾ ਇਹ ਪ੍ਰੋਗਰਾਮ ਚੱਲਿਆ ਅਤੇ ਜਿੱਤ ਪ੍ਰਾਪਤ ਹੋਈ। ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਨੇ, ਤੁਸੀਂ ਪਰਟੀਕੁਲਰ ਕਿਹੜੀ ਕਿਸਾਨ ਜਥੇਬੰਦੀ ਨਾਲ ਜੁੜੇ ਰਹੇ ਹੋ? ਦੇਖੋ, ਮੈਂ ਕੋਈ ਕਿਸੇ ਜਥੇਬੰਦੀ ਨਾਲ ਜੁੜਿਆ ਸੀ, ਮੈਂ ਤਾਂ ਇੱਕ ਸਿਰਫ ਉੱਥੇ ਸੇਵਾਦਾਰ ਦੇ ਤੌਰ 'ਤੇ ਜੁੜਿਆ ਹੋਇਆ ਸੀ। ਮੇਰਾ ਕੰਮ ਸੀਗਾ ਉੱਥੇ ਸੇਵਾ ਕਰਨਾ। ਪਹਿਲੇ ਦਿਨ 26 ਨਵੰਬਰ 2020 ਨੂੰ ਜਦੋਂ ਜਿਹੜਾ ਅੰਦੋਲਨ ਹੈ ਦਿੱਲੀ ਦੀਆਂ ਬਰੂਹਾਂ ਉੱਤੇ ਆਇਆ, ਪਹਿਲੇ ਦਿਨ ਤੋਂ ਹੀ ਅਸੀਂ ਉੱਥੇ ਜਿਹੜੀ ਸੇਵਾ ਨਿਭਾਈ ਹੈ, ਸਭ ਤੋਂ ਪਹਿਲਾਂ ਮੈਡੀਕਲ ਕੈਂਪ ਲਗਾਇਆ, ਫਿਰ ਹੋਰ ਜੁੱਦਾਂ ਦੀ ਲੋਕ ਸੇਵਾ ਲਗਾਉਂਦੇ ਰਹੇ, ਕੁਛ ਬਹੁਤ ਸਾਰੇ ਲੋਕ ਜਿਹੜੇ ਦਾਨੀ ਸੱਜਣ ਸੀਗੇ ਸਮਾਨ ਭੇਜਦੇ ਰਹੇ ਉਹ ਕਰਕੇ, ਅਤੇ ਇੱਕ ਲਗਾਤਾਰ ਪ੍ਰਕਿਰਿਆ ਸੀ। ਉਹ ਤਾਂ ਹੁਣ ਜੇ ਗੱਲ ਕਰਾਂਗੇ ਬਹੁਤ ਸਮਾਂ ਉੱਥੇ ਚਲਾ ਜਾਏਗਾ, ਪਰ ਇਹ ਸੀਗਾ ਕਿ ਜਿਹੜੀ ਸਾਡੀ ਲੜਾਈ ਸੀਗੀ ਫਸਲਾਂ ਅਤੇ ਨਸਲਾਂ ਵਿੱਚ, ਖਾਸ ਕਰਕੇ ਪੰਜਾਬ ਦੀ ਹੋਂਦ ਦੀ ਜਿਹੜੀ ਲੜਾਈ ਸੀਗੀ, ਜਿਹੜਾ ਇਤਿਹਾਸ ਦੁਹਰਾਇਆ ਜਾਣਾ ਸੀਗਾ, ਉਹਦੇ ਵਾਹਿਗੁਰੂ ਦੀ ਕਿਰਪਾ ਹੋਈ ਹੈ ਅਤੇ ਅਸੀਂ ਲੱਗੇ ਰਹੇ। ਧਰਮਿੰਦਰ ਜੀ, ਤੁਸੀਂ ਇੱਕ ਬਹੁਤ ਪੜ੍ਹੇ ਲਿਖੇ ਇਨਸਾਨ ਹੋ, ਤੁਸੀਂ ਐਡਵੋਕੇਟ ਹੋ, ਅਤੇ ਜਿਹੜਾ ਤੁਸੀਂ ਨੈਸ਼ਨਲ ਪਾਰਟੀ ਕੋਈ ਵੀ ਜੁਆਇਨ ਕਰ ਸਕਦੇ ਸੀ, ਤੁਸੀਂ ਕਾਂਗਰਸ ਪਾਰਟੀ, ਤੁਸੀਂ ਭਾਰਤੀ ਜਨਤਾ ਪਾਰਟੀ, ਜਾਂ ਜਿਹੜੀਆਂ ਸਾਡੀਆਂ ਜਿਹਨੂੰ ਕਹਿ ਸਕਦੇ ਹਾਂ ਇੱਥੇ ਪੰਜਾਬ ਦੀਆਂ ਪਾਰਟੀਆਂ ਨੇ, ਤੁਸੀਂ ਉਹਨਾਂ ਨੂੰ ਵੀ ਜੁਆਇਨ ਕਰ ਸਕਦੇ ਸੀ,
ਫਿਰ ਤੁਸੀਂ ਇਹ ਜਿਹੜੀ ਸਾਡੀ ਅਖਿਲ ਭਾਰਤੀ ਪਰਿਵਾਰ ਪਾਰਟੀ, ਇਹਦੇ ਨਾਲ ਜੁੜਨ ਦਾ ਤੁਹਾਡਾ ਕਿਵੇਂ ਸਬਬ ਬਣਿਆ? ਜਿੰਨਾ ਕੁ ਮੇਰਾ ਸਫ਼ਰ ਹੈ ਜ਼ਿੰਦਗੀ 'ਚ ਮੈਂ ਦੇਖਿਆ, ਇੱਥੇ ਬਹੁਤ ਸਾਰੇ ਲੋਕਾਂ ਦੇ ਨਾਲ ਗੱਲ ਕੀਤੀ ਜਿਹੜੇ ਇੰਟੈਲੈਕਚੁਅਲ ਬੁੱਧੀਜੀਵੀ ਆ, ਉਹਨਾਂ ਦਾ ਵੀ ਇਹੀ ਕਹਿਣਾ ਸੀਗਾ, ਇੱਕ ਯੋਗਿੰਦਰ ਯਾਦਵ ਜੀ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਜਿਹੜੀ ਦੇਸ਼ ਦੀ ਰਾਜਨੀਤੀ ਅੱਜ ਦੇ ਸਮੇਂ ਦੀ ਅਜੋਕੀ ਰਾਜਨੀਤੀ ਹੈ, ਜਿੰਨਾ ਚਿਰ ਨੈਸ਼ਨਲ ਲੈਵਲ ਉੱਤੇ ਨਵੇਂ ਅਤੇ ਖਾਸ ਕਰਕੇ ਨੌਜਵਾਨ ਜਿਹਨਾਂ ਦਾ ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ ਹੈ, ਜਦ ਤੱਕ ਉਹ ਲੋਕ ਰਾਜਨੀਤੀ ਵਿੱਚ ਨਹੀਂ ਆਉਂਦੇ ਇਸ ਦੇਸ਼ ਦੇ ਵਿੱਚ ਰਾਜਨੀਤੀ ਨਹੀਂ ਬਦਲ ਸਕਦੀ। ਪੁਰਾਣੀਆਂ ਪੋਲੀਟੀਕਲ ਪਾਰਟੀਆਂ ਦਾ ਜੋ ਵੀ ਉਹਨਾਂ ਦਾ ਕਥਨੀ ਅਤੇ ਕਰਨੀ ਹੈ ਉਹ ਜੱਗ ਜ਼ਾਹਰ ਹੈ, ਅਤੇ ਇਸ ਲਈ ਅਸੀਂ ਨਵਾਂ ਰਸਤਾ ਚੁਣਿਆ। ਅਖਿਲ ਭਾਰਤੀ ਪਰਿਵਾਰ ਪਾਰਟੀ ਉਹ ਪਾਰਟੀ ਹੈ ਕਿ ਜਿਹੜੇ ਜਿਹੜੇ ਨੌਨ ਪੋਲੀਟੀਕਲ ਬੈਕਗਰਾਊਂਡ ਤੋਂ ਆਉਂਦੇ ਨੇ, ਜਿਹਨਾਂ ਦੀ ਆਰਥਿਕ ਹਾਲਤ ਉਨੀ ਵਧੀਆ ਨਹੀਂ, ਜਿਹੜੇ ਆਮ ਘਰਾਂ ਦੇ ਲੋਕ ਨੇ, ਉਹਨਾਂ ਸਾਰਿਆਂ ਨੂੰ ਚਾਂਸ ਦਿੱਤਾ ਹੈ, ਇੱਕ ਪਲੇਟਫਾਰਮ ਸਿੱਧਿਆ, ਅਤੇ ਪੂਰੇ 543 ਸੀਟਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਕੈਂਡੀਡੇਟ ਖੜ੍ਹੇ ਕਰਕੇ ਇਲੈਕਸ਼ਨ ਲੜਿਆ ਜਾਵੇ। ਜਨਰਲੀ ਦੇਖਿਆ ਜਾਂਦਾ ਵੀ ਜਦੋਂ ਕੋਈ ਵੀ ਬੰਦਾ ਰਾਜਨੀਤਿਕ ਕੈਰੀਅਰ ਸ਼ੁਰੂ ਕਰਦਾ, ਜਾਂ ਤਾਂ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕਰਦਾ ਹੈ ਜਾਂ MC ਇਲੈਕਸ਼ਨਾਂ ਤੋਂ ਸ਼ੁਰੂ ਕਰਦਾ ਹੈ, ਅਤੇ ਆਪਾਂ ਸਿੱਧੇ ਲੋਕ ਸਭਾ ਚੁਣਾਵ ਤੋਂ ਸ਼ੁਰੂ ਕੀਤਾ, ਇਹਦੇ ਪਿੱਛੇ ਇਹਦਾ ਕੀ ਰੀਜ਼ਨ ਰਿਹਾ? ਲੋਕ ਸਭਾ ਦੀ ਚੋਣਾਂ ਵਾਸਤੇ ਆਪਣੇ ਆਪ ਨੂੰ ਪ੍ਰਪੇਅਰ ਕਰਨਾ, ਆਪਣੇ ਨੂੰ ਮੈਂਟਲੀ ਪ੍ਰਪੇਅਰ ਕਰਨਾ ਫੈਮਿਲੀ ਵੱਲ ਤੋਂ, ਉਹ ਤਾਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ, ਪਰ ਰਾਜਨੀਤੀ ਜਿਹੜੀ ਮੌਜੂਦਾ ਰਾਜਨੀਤੀ ਉਹ ਚਾਹੁੰਦੀ ਇਹੀ ਹੈ ਕਿ ਤੁਸੀਂ ਉਹੀ ਪੰਚੀ ਸਰਪੰਚੀ ਥੱਲੇ ਵਾਲੇ ਲੈਵਲ 'ਤੇ ਫਸੇ ਰਹੋ, ਜਦ ਤੱਕ ਤੁਸੀਂ ਉੱਪਰਲੇ ਲੈਵਲ 'ਤੇ ਜਾ ਕੇ ਉੱਪਰੋਂ ਸਫਾਈ ਨਹੀਂ ਕਰੋਗੇ, ਜਦ ਤੱਕ ਇਸ ਦੇਸ਼ ਦੇ ਵਿੱਚ ਕੋਈ ਹੋਰ ਜਿਹੜਾ ਜਿਹੜੀ ਉਮੀਦ ਦੀ ਕਿਰਨ ਨਹੀਂ ਦਿਖਦੀ। ਇਸ ਲਈ ਲੋਕਾਂ ਨੇ ਸਾਥ ਦਿੱਤਾ, ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਅਤੇ ਅਸੀਂ ਜਿਹੜਾ ਐਡਾ ਵੱਡਾ ਮੁਕਾਮ ਹੈ, ਜਿਹੜਾ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਸੀਗਾ, ਉਹ ਉਹਨਾਂ ਦੀ ਟੱਸ ਭੰਨਣ ਲਈ ਇਹ ਸਾਰੀ ਜੋ ਪ੍ਰਕਿਰਿਆ ਉਹਦੇ 'ਚ ਜਿਹੜਾ ਇਹ ਲੜਾਈ ਲੜੀ ਜਾ ਰਹੀ ਹੈ। ਜਿਹੜੇ ਧਰਮਿੰਦਰ ਸਿੰਘ ਹੈ ਉਹ ਇੱਕ ਅਭਿਆਨ ਚਲਾ ਰਹੇ ਨੇ, ਕਰਜ਼ਾ ਮੁਕਤੀ ਅਭਿਆਨ, ਥੋੜ੍ਹਾ ਜਿਹਾ ਇਹਦੇ ਬਾਰੇ ਰੋਸ਼ਨੀ ਪਾਓਗੇ ਵੀ ਇਹ ਅਭਿਆਨ ਕੀ ਹੈ ਅਸਲ 'ਚ? ਇਹ ਅਸਲ 'ਚ ਜਿੰਨੇ ਵੀ ਦੇਸ਼ ਦੇ ਗਰੀਬ ਮਜ਼ਦੂਰ ਆਮ ਲੋਕ ਨੇ, ਨੌਕਰੀ ਪੇਸ਼ਾ ਨੇ, ਵਪਾਰੀ ਹੈ, ਛੋਟੇ ਦੁਕਾਨਦਾਰ ਨੇ, ਜੋ ਵੀ ਜਾਂ ਟਰਾਂਸਪੋਰਟ ਧੰਦਾ ਕਰਨ ਵਾਲੇ ਨੇ, ਜਿਨ੍ਹਾਂ ਦਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕੰਮ ਧੰਦਾ ਖਰਾਬ ਹੋਇਆ, ਚਾਹੇ ਉਹ ਨੋਟਬੰਦੀ ਕੀਤੀ, ਚਾਹੇ ਉਹ GST ਲਗਾਇਆ, ਫਿਰ ਬਿਨਾਂ ਪਲੈਨਿੰਗ 'ਤੇ ਲੋਕਡਾਊਨ ਲਗਾਉਣਾ, ਜਿਹੜੇ ਉਹਦੇ ਰਿਜ਼ਲਟ ਹੁਣ ਨਿਕਲ ਕੇ ਆ ਰਹੇ ਨੇ, ਇੱਦਾਂ ਦੇ ਲੋਕ ਕਰਜ਼ੇ ਦੀ ਗੱਦਾਦਲ ਵਿੱਚ ਫਸ ਗਏ, ਕਰਜ਼ੇ ਕਾਰਨ ਪਰੇਸ਼ਾਨ ਹੋ ਕੇ, NCRB ਦੀ ਹੀ ਰਿਪੋਰਟ ਹੈ, ਸਰਕਾਰ ਦੀ ਸੰਸਥਾ ਹੈ, ਕਿ ਪਿਛਲੇ 3 ਸਾਲਾਂ ਦੇ ਵਿੱਚ 50,000 ਤੋਂ ਜ਼ਿਆਦਾ ਵਪਾਰੀ, ਚਾਹੇ ਛੋਟੇ ਵਪਾਰੀ ਸੀਗੇ ਵੱਡੇ ਵਪਾਰੀ ਸੀਗੇ, ਵਪਾਰੀ ਆਤਮ ਹੱਤਿਆ ਕਰ ਗਏ। ਇੱਦਾਂ ਦੇ ਸਾਰੇ ਲੋਕਾਂ ਨੂੰ ਕਰਜ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ। ਦੇਸ਼ ਦੇ 29 ਰਾਜਾਂ 'ਚ ਅਸੀਂ ਕੰਮ ਕਰ ਰਹੇ ਹਾਂ, 18,72,000 ਤੋਂ ਵੱਧ ਲੋਕ ਸਾਡੇ ਨਾਲ ਜੁੜ ਚੁੱਕੇ ਨੇ, ਜਿਨ੍ਹਾਂ ਦੀ ਜਾਣਕਾਰੀ ਅਸੀਂ RBI ਨੂੰ, ਵਿੱਤ ਮੰਤਰਾਲੇ ਨੂੰ, PMO ਨੂੰ ਭੇਜ ਚੁੱਕੇ ਹਾਂ। ਤੋ ਇਹ ਮੁਹਿੰਮ ਇੱਦਾਂ ਹੀ ਹੈ ਕਿ ਕਰਜ਼ੇ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਸੁਨੇਹਾ ਦੇਣਾ ਚਾਹੁੰਦਾ ਕਿ ਅਗਰ ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੈ, ਕਿਸੇ ਬੈਂਕ ਤੋਂ ਲਿਆ, NBFC ਕੰਪਨੀ ਤੋਂ ਲਿਆ, ਕਿਸੇ ਸ਼ਾਹੂਕਾਰ ਤੋਂ ਲਿਆ, ਕਿਸੇ ਮਾਈਕਰੋਫਾਈਨੈਂਸ ਕੰਪਨੀ ਤੋਂ ਲਿਆ, ਕਿਸੇ ਐਪ ਤੋਂ ਲੋਨ ਲਿਆ, ਅਗਰ ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੈ, ਤੁਸੀਂ ਕੋਈ ਗਲਤ ਕਦਮ ਨਹੀਂ ਚੱਕਣਾ, ਕਿਉਂਕਿ ਸਾਨੂੰ ਅਸੀਂ ਅਵੇਅਰ ਨਹੀਂ ਹਾਂ ਕਰਜ਼ੇ ਬਾਰੇ, ਸਾਨੂੰ ਜਾਣਕਾਰੀ ਨਹੀਂ ਹੈ। ਅਤੇ ਬਹੁਤ ਸਾਰੇ ਲੋਕ ਨਾ ਕਰਜ਼ੇ ਕਾਰਨ ਮਰ ਜਾਣਾ ਸਮੱਸਿਆ ਨੂੰ ਹੱਲ ਸਮਝਦੇ ਨੇ, ਕਰਜ਼ੇ ਕਾਰਨ ਮਰ ਜਾਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਤੁਹਾਤੋਂ ਇਹਨਾਂ ਨੇ ਇੰਨੇ ਪੇਪਰਾਂ 'ਤੇ ਸਾਈਨ ਕਰਾ ਲਏ ਕਿ ਅਗਰ ਤੁਸੀਂ ਕੋਈ ਗਲਤ ਕਦਮ ਚੱਕ ਲਿਆ, ਇਹ ਜਿਹੜਾ ਕਰਜ਼ਾ ਹੈ ਤੁਹਾਡੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਭਰਨਾ ਪਏਗਾ। ਅਤੇ ਮੇਰੀ ਵੀ ਵੱਧ ਤੋਂ ਵੱਧ ਇਹੀ ਅਪੀਲ ਹੈ ਕਿ ਤੁਹਾਨੂੰ ਕਰਜ਼ੇ ਕਰਕੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੁਸੀਂ ਜਿਹੜਾ ਆਪਣੇ ਦਿਮਾਗ ਵਿੱਚ ਚਲਾ ਰਹੇ ਹੋ, ਕਿਉਂਕਿ ਕਰਜ਼ਾ ਇੱਦਾਂ ਦਾ ਦੁੱਖ ਹੈ ਕਿ ਜਿਹਨੂੰ ਨਾ ਤਾਂ ਵਿਅਕਤੀ ਕਹਿ ਸਕਦਾ ਨਾ ਵਿਅਕਤੀ ਸਹਿ ਸਕਦਾ, ਅਤੇ ਤੁਸੀਂ ਕਰਜ਼ੇ ਕਰਕੇ ਕੋਈ ਗਲਤ ਕਦਮ ਚੱਕਣਾ, ਸਾਡੀ ਟੀਮ ਨਾਲ ਜੁੜਿਓ, ਸਾਡੀ ਟੀਮ ਪੂਰੀ ਜ਼ਿੰਮੇਵਾਰੀ ਲਏਗੀ ਤੁਹਾਨੂੰ ਕਰਜ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ। ਧਰਮਿੰਦਰ ਸਿੰਘ ਹਰਮਨ ਜਿਹੜਾ ਹੈ ਉਹ ਜਦੋਂ ਕਿਤੇ ਵੀ ਜਾਂਦਾ ਪ੍ਰਚਾਰ ਕਰਨ ਲਈ, ਉਹ ਲੋਕਾਂ ਨੂੰ ਕਹਿੰਦਾ ਕਿ ਮੇਰਾ ਪਿੰਡ ਘਨੌਲੀ ਹੈ, ਜ਼ਿਲ੍ਹਾ ਰੋਪੜ ਹੈ, ਇੱਦਾਂ ਕਿਉਂ ਕਹਿੰਦਾ? ਪਿੰਡ ਘਨੌਲੀ ਦਾ ਇਤਿਹਾਸ ਬੜਾ, ਕਿਉਂਕਿ ਗੁਰੂਆਂ ਦੀ ਧਰਤੀ ਹੈ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਡੇ ਜਿਹੜੇ ਪਿੰਡ ਦਾ ਗੁਰਦੁਆਰਾ ਸਾਹਿਬ, ਉੱਥੇ ਚਰਨ ਕਮਲ ਵੀ ਪਏ ਹੈ, ਅਤੇ ਜਿਹੜਾ ਸਾਡਾ ਇਲਾਕਾ ਹੈ
ਸਾਡੇ ਇਲਾਕੇ ਤੋਂ ਬਹੁਤ ਸਾਰੇ ਲੀਡਰ ਬਣ ਬਣ ਕੇ ਨਿਕਲੇ, ਚਾਹੇ ਉਹ ਲੋਕ ਸਭਾ ਦੀ ਚੋਣਾਂ, ਚਾਹੇ ਉਹ ਵਿਧਾਨ ਸਭਾ ਦੀ ਚੋਣਾਂ। ਸਾਡੇ ਪਿੰਡ ਘਨੌਲੀ ਤੋਂ ਹੀ ਬਹੁਤ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਬੜੇ ਬੜੇ ਲੀਡਰ ਬਣ ਕੇ ਨਿਕਲੇ, ਪਰ ਸਾਡਾ ਇਲਾਕਾ ਪਛੜਾ ਰਹਿ ਗਿਆ। ਅਤੇ ਜਿਹੜੇ ਅੱਜ ਦੀਆਂ ਚੋਣਾਂ ਦੇ ਨਾਲ ਅਸੀਂ ਜੋੜ ਕੇ ਦੇਖੀਏ, ਸਭ ਤੋਂ ਪਹਿਲਾਂ ਨੈਸ਼ਨਲ ਪਾਰਟੀ ਜਿਹੜੇ ਕਾਂਗਰਸ ਦੇ ਸਿੰਗਲਾ ਜੀ ਉਹ ਵੀ ਬਾਹਰੀ ਹੈ, ਚੰਦੂ ਮਾਜਰਾ ਜੀ ਅਕਾਲੀਆਂ ਦੇ ਉਹ ਵੀ ਬਾਹਰੀ ਹੈ, ਝਾੜੂਆਣੇ ਦੇ ਮਲਵਿੰਦਰ ਗੰਗ ਜੀ ਉਹ ਵੀ ਬਾਹਰੀ ਹੈ, ਬੀਜੇਪੀ ਦੇ ਉਹ ਵੀ ਬਾਹਰੀ ਹੈ, ਸਾਰੀਆਂ ਰਾਜਨੀਤਿਕ ਪਾਰਟੀਆਂ ਬਾਹਰੀ। ਬਾਹਰੀ ਤੋਂ ਮਤਲਬ ਕੀ ਹੈ ਤੁਹਾਡਾ? ਬਾਹਰੀ ਮਤਲਬ ਲੋਕ ਇਲਾਕੇ ਦੇ ਲੋਕਲ, ਲੋਕਲ ਨਹੀਂ ਹੈ ਉਹ, ਮੰਨ ਲਓ ਜਦ ਸਾਡਾ ਰੋਪੜ ਜਿਹੜਾ ਆਨੰਦਪੁਰ ਸਾਹਿਬ ਹਲਕਾ ਉਸ ਹਲਕੇ ਦੀ ਨਹੀਂ ਹੈ, ਬਾਹਰੋਂ ਆ ਕੇ ਇੱਥੇ ਕਰਦੇ ਨੇ। ਇਸ ਲਈ ਮੈਂ ਲੋਕਾਂ ਤੋਂ ਸੁਣਦਾ ਕਿ ਪਿੰਡਾਂ ਦੇ ਵਿੱਚ ਵੀ ਜਾਂ ਪਿੰਡਾਂ ਦੇ ਨੌਜਵਾਨਾਂ ਦੇ ਵਿੱਚ ਵੀ, ਜਿਹੜੇ ਪਿੰਡਾਂ ਦੇ ਲੋਕ ਉਹਨਾਂ ਕੋਲ ਵੀ ਇੰਨਾ ਸਮਰੱਥ ਹੈਗਾ ਹੈ ਕਿ ਅਗਰ ਤੁਸੀਂ ਕੋਈ ਲਕਸ਼ ਵਾਸਤੇ ਨਿਕਲੋ, ਤੁਸੀਂ ਇਹਨਾਂ ਨੂੰ ਜੇ ਅੱਖਾਂ ਕੱਢ ਕੇ ਡਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਲੜਾਈ ਲੜ ਸਕਦੇ। ਇਸ ਲਈ ਜਿਹੜਾ ਮੇਰਾ ਪਿੰਡ ਘਨੌਲੀ ਹੈ, ਮੈਂ ਦੱਸਣ, ਇਸ ਲਈ ਮੈਂ ਲੋਕਾਂ ਨੂੰ ਕਹਿੰਦਾ ਕਿ ਪਿੰਡਾਂ ਤੋਂ ਵੀ ਲੋਕ ਉੱਠ ਕੇ ਇਸ ਮੁਕਾਮ ਤੱਕ ਪਹੁੰਚ ਸਕਦੇ ਨੇ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਇੰਦਰ ਸਿੰਗਲਾ ਹੈ ਉਹ ਵੀ ਲੋਕਲ ਕੰਸਟੀਚੁਐਂਸੀ ਤੋਂ ਨਹੀਂ ਹੈ? ਨਹੀਂ। ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਚੰਦੂ ਮਾਜਰਾ ਜੀ ਨੇ ਉਹ ਵੀ ਲੋਕਲ ਕੰਸਟੀਚੁਐਂਸੀ ਤੋਂ ਨਹੀਂ ਹੈ? ਜਿਹੜੇ ਆਮ ਆਦਮੀ ਪਾਰਟੀ ਦੇ ਕੰਗ ਸਾਹਿਬ ਨੇ ਉਹ ਵੀ ਲੋਕਲ ਕੰਸਟੀਚੁਐਂਸੀ ਤੋਂ ਨਹੀਂ ਹੈ? ਬਹੁਤ ਦੂਰ ਦੇ। ਤੇ ਜਿਹੜੇ ਬੀਜੇਪੀ ਦੇ ਸੁਭਾਸ਼ ਜੀ ਨੇ ਕੀ ਉਹ ਲੋਕਲ ਨਹੀਂ ਹੈ? ਨਹੀਂ, ਉਹ ਤਾਂ ਬੇਸਿਕਲੀ ਅੰਮ੍ਰਿਤਸਰ ਸਭ ਤੋਂ। ਅੱਛਾ, ਉਹ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਆ, ਤੇ ਇਹੀ ਕਾਰਨ ਸੀਗਾ ਜਿਹੜਾ ਵੀ ਪਿੰਡ ਦਾ ਨਾਮ ਬਦਲਿਆ। ਕਿਉਂਕਿ ਤੁਸੀਂ ਦੇਖਿਓ ਪੋਲੀਟੀਕਲ ਪਾਰਟੀ ਦੀ ਬੈਕਗਰਾਉਂਡ ਚੱਕ ਕੇ ਮੈਕਸੀਮਮ ਜਿਹੜੇ ਨੇਤਾ ਨੇ ਉਹ ਬੜੇ ਬੜੇ ਸ਼ਹਿਰਾਂ ਤੋਂ ਹੀ ਆਉਂਦੇ ਨੇ, ਜਿਹੜਾ ਪਿੰਡਾਂ ਦੇ ਲੋਕਾਂ ਨੂੰ ਪਤਾ ਨਹੀਂ ਇਹ ਕੀ ਸਮਝਦੇ। ਇਸ ਲਈ ਮੈਂ ਜਿਹੜਾ ਮੇਰਾ ਪਿੰਡ ਦਾ ਨਾਮ ਹੈ ਘਨੌਲੀਓ, ਮੈਂ ਹਰ ਜਗ੍ਹਾ ਲੈਂਦਾ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਜਾਏ ਕਿ ਜਿਹੜੇ ਹੁਣ ਪਿੰਡਾਂ ਦੇ ਲੋਕ ਵੀ ਐਡੇ ਵੱਡੇ ਮੁਕਾਮ ਵਾਸਤੇ ਤੁਰ ਸਕਦੇ ਨੇ, ਬਸ ਜਜ਼ਬਾ ਹੋਣਾ ਚਾਹੀਦਾ। ਜਿਹੜੀ ਲੋਕ ਸਭਾ ਕੰਸਟੀਚੁਐਂਸੀ ਹੁੰਦੀ ਹੈ ਉਹਦਾ ਏਰੀਆ ਬਹੁਤ ਵੱਡਾ ਹੁੰਦਾ, ਅਤੇ ਜਿੰਨੀਆਂ ਵੀ ਤੁਹਾਡੇ ਅਗੇਂਸਟ ਵੱਡੀਆਂ ਪਾਰਟੀਆਂ ਖੜੀਆਂ, ਭਾਵੇਂ ਉਹ ਕਾਂਗਰਸ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਜਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਇਹ ਸਾਰੀਆਂ ਪਾਰਟੀਆਂ ਕੋਲ ਇੱਕ ਵੱਡਾ ਫੰਡ ਹੁੰਦਾ ਤਾਂ ਕਿ ਉਹ ਪੂਰੀ ਕੰਸਟੀਚੁਐਂਸੀ ਦੇ ਵਿੱਚ ਪ੍ਰੋਪਰਲੀ ਆਪਣੀ ਕੰਪੇਨ ਚਲਾ ਸਕਣ। ਅਤੇ ਜਿਹੜੇ ਧਰਮਿੰਦਰ ਸਿੰਘ ਹਰਮਨ ਹੈ ਅਤੇ ਉਹਨਾਂ ਦੀ ਜਿਹੜੀ ਇਹ ਪਾਰਟੀ ਹੈ ਅਕਾਲ, ਆਪਣਾ ਅਖਿਲ ਭਾਰਤੀ ਪਰਿਵਾਰ ਪਾਰਟੀ, ਇਹਨਾਂ ਕੋਲ ਫੰਡ ਕਿੱਥੋਂ ਹੈ? ਫੰਡ ਤਾਂ ਦੇਖੋ ਜੀ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਨਹੀਂ ਹੈ ਸਾਡੇ ਕੋਲ। ਅਸੀਂ ਲੋਕਾਂ ਦੇ, ਅਸੀਂ ਤਾਂ ਖੁਦ ਜਿਹੜੀ ਇਹ ਪਾਰਟੀ ਹੈ ਆਪਣੇ ਜੇਬ ਤੋਂ ਪੈਸੇ ਲਾ ਲਾ ਕੇ ਪਾਰਟੀ ਚਲਾਉਂਦੇ ਹਾਂ। ਬਾਕੀ ਇਹ ਉਸ ਪਰਮਾਤਮਾ ਦੀ ਕਿਰਪਾ ਹੈ ਕਿ ਉਹਨੇ ਪੈਸੇ ਕਰਕੇ ਸਾਡਾ ਕੋਈ ਕੰਮ ਰੁਕਣ ਨਹੀਂ ਦਿੱਤਾ। ਬਾਕੀ ਲੋਕ ਨਾਲ ਖੜੇ ਨੇ, ਜਦ ਲੋਕ ਨਾਲ ਹੈਗੇ ਫਿਰ ਪੈਸਾ ਨਹੀਂ ਚਾਹੀਦਾ। ਪਾਰਟੀਆਂ ਨੇ, ਜਿਹੜੀ ਪਾਰਟੀਆਂ ਨੇ ਹੁਣ ਕਦੀ ਇਲਾਕੇ ਵਿੱਚ ਆ ਕੇ ਕੰਮ ਹੀ ਨਹੀਂ ਕਰਨਾ, ਫਿਰ ਬਾਅਦ 'ਚੋਂ ਪੈਸੇ ਦੇ ਜ਼ੋਰ 'ਤੇ ਆ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਮੈਨੂੰ, ਮੈਂ ਜਿੰਨਾ ਕੁ ਪਿੰਡਾਂ 'ਚ ਜਾ ਰਿਹਾ, ਹੁਣ ਪਤਾ ਲੱਗ ਗਿਆ ਕਿ ਲੋਕ ਇਸ ਵਾਰ ਜਿਹੜੇ ਉੱਦਾਂ ਦੇ ਝਾਂਸੇ ਵਿੱਚ ਨਹੀਂ ਆਉਣ ਵਾਲੇ, ਅਤੇ ਲੋਕ ਕਹਿੰਦੇ ਕਿ ਘੱਟੋ ਘੱਟ ਜਿਹੜਾ ਅਸੀਂ ਸਟੈਪ ਚੱਕਿਆ ਕਿ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਹੈ, ਉਹਨੂੰ ਲੋਕ ਬਹੁਤ ਸਰਾਹ ਰਹੇ ਨੇ, ਅਤੇ ਲੋਕ ਵੀ ਨਾਲ, ਕਿਉਂਕਿ ਮਾਤਾਵਾਂ ਭੈਣਾਂ ਬਹੁਤ ਜ਼ਿਆਦਾ ਸਪੋਰਟ ਕਰ ਰਹੀਆਂ ਨੇ, ਅਤੇ ਮੈਨੂੰ ਨਹੀਂ ਲੱਗਦਾ ਕਿ ਪੈਸੇ ਦੀ ਜ਼ਿਆਦਾ ਲੋੜ ਹੈ। ਜਿਹੜੀ ਅਖਿਲ ਭਾਰਤੀ ਪਰਿਵਾਰ ਪਾਰਟੀ ਹੈ ਜਾਂ ਜਿਹੜੇ ਕੈਂਡੀਡੇਟ ਹੈ ਧਰਮਿੰਦਰ ਸਿੰਘ ਹਰਮਨ, ਇਹਨਾਂ ਦਾ ਮੈਨੀਫੈਸਟੋ ਕੀ ਹੈ, ਘੋਸ਼ਣਾ ਪੱਤਰ ਕੀ ਹੈ? ਸਾਡਾ ਜਿਹੜਾ ਘੋਸ਼ਣਾ ਪੱਤਰ ਦਾ ਸਭ ਤੋਂ ਪਹਿਲਾ ਸਟੈਪ ਇਹੀ ਹੈ ਕਿ ਜਿੰਨੇ ਵੀ ਦੇਸ਼ ਦੇ ਆਮ ਗਰੀਬ ਮਜ਼ਦੂਰ ਛੋਟੇ ਦੁਕਾਨਦਾਰ ਨੌਕਰੀ ਪੇਸ਼ਾ ਟਰਾਂਸਪੋਰਟ ਦਾ ਕੰਮ ਕਰਨ ਵਾਲੇ, ਇੱਦਾਂ ਦੇ ਸਾਰੇ ਲੋਕਾਂ ਦਾ ਕਰਜ਼ਾ ਮਾਫ਼ ਕਰਾਉਣਾ। ਜੇ ਸਰਕਾਰਾਂ, ਪਿਛਲੀ NDA ਦੀ ਸਰਕਾਰ ਰਹੀ 10 ਸਾਲ ਦੇ ਵਿੱਚ, ਇਸ ਮੋਦੀ ਸਰਕਾਰ ਨੇ ਅੰਬਾਨੀ ਅਡਾਨੀ ਬੜੇ ਕਾਰਪੋਰੇਟ ਘਰਾਣੇ ਦਾ 24.95 ਲੱਖ ਕਰੋੜ ਰੁਪਈਆ ਮਾਫ਼ ਕੀਤਾ ਹੈ। ਜੇ ਕਰਜ਼ਾ ਅਮੀਰਾਂ ਦਾ ਮਾਫ਼ ਹੋ ਸਕਦਾ ਤਾਂ ਕਰਜ਼ਾ ਗਰੀਬਾਂ ਦਾ ਵੀ ਮਾਫ਼ ਹੋ ਸਕਦਾ, ਅਤੇ ਇਹੀ ਅਸੀਂ ਆਵਾਜ਼ ਬੁਲੰਦ ਕਰ ਜਾਂਦੇ। ਇਹ ਪਹਿਲਾ ਵਿਸ਼ਾ ਹੈ। ਦੂਸਰਾ ਵਿਸ਼ਾ ਸਾਡਾ ਹੈ ਕਿ ਦੇਸ਼ ਦੇ ਵਿੱਚ ਜੰਮਣ ਵਾਲੇ ਜਾਂ ਦੇਸ਼ ਦੇ ਹਰ ਵਿਅਕਤੀ ਨੂੰ ਜਿਹੜੀਆਂ ਸਿਹਤ ਸੁਵਿਧਾਵਾਂ ਹੈ ਉਹ ਬਿਲਕੁਲ ਫ੍ਰੀ ਮਿਲਣੀਆਂ ਚਾਹੀਦੀਆਂ, ਚਾਹੇ ਉਹਦੇ 'ਚ ਮੁੱਢਲੀ ਹੋਵੇ, ਚਾਹੇ ਉਹਦੇ 'ਚ ਦਵਾਈਆਂ ਹੋਣ, ਚਾਹੇ ਉਹ 'ਚ ਇਲਾਜ ਹੋਵੇ, ਜਾਂ ਉਹਦੇ ਵਿੱਚ ਜਿੰਨੇ ਵੀ ਤੁਸੀਂ ਟੈਸਟ ਕਰਨੇ ਨੇ ਉਹ ਦੇਸ਼ ਦੇ ਹਰੇਕ ਵਿਅਕਤੀ ਨੂੰ ਫ੍ਰੀ ਮਿਲਣੇ ਚਾਹੀਦੇ। ਤੀਸਰਾ ਏਜੰਡਾ ਹੈ ਜੇ ਜਿਹੜੇ ਦੇਸ਼ ਦੇ ਵਿੱਚ ਜਿੰਨੇ ਵੀ ਬੱਚੇ ਨੇ,
ਬੱਚੇ ਦੀ ਜੰਮਣ ਤੋਂ ਲੈ ਕੇ ਸੋਰੀ ਨਰਸਰੀ ਤੋਂ ਲੈ ਕੇ ਪੋਸਟ ਗ੍ਰੈਜੂਏਟ ਤੱਕ ਪੜ੍ਹਾਈ ਫਰੀ ਹੋਣੀ ਚਾਹੀਦੀ ਹੈ। ਇਹ ਦੋ ਚੀਜ਼ਾਂ ਫਰੀ ਚਾਹੀਦੀਆਂ, ਬਾਕੀ ਕੋਈ ਚੀਜ਼ ਫਰੀ ਨਹੀਂ ਹੋਣੀ ਚਾਹੀਦੀ, ਇਹ ਸਾਨੂੰ ਨਕਾਰਾ ਬਣਾ ਰਹੇ ਨੇ। ਬਿਲਕੁਲ ਠੀਕ ਹੈ, ਤੁਸੀਂ ਦੋ ਮੁੱਦਿਆਂ ਦੀ ਗੱਲ ਕੀਤੀ, ਇਸ ਤੋਂ ਇਲਾਵਾ ਹੋਰ ਕੀ ਮੁੱਦੇ ਨੇ ਤੁਹਾਡੇ ਕੋਲ? ਇਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹੜਾ ਸਾਨੂੰ ਕੋਰਟ ਦੀ ਤਰ੍ਹਾਂ ਖਾ ਰਿਹਾ, ਜਿੰਨੇ ਵੀ ਨੇਤਾ ਨੇ, ਮੈਂ ਕਿਸੇ ਪਾਰਟੀ ਦੀ ਗੱਲ, ਜਿੰਨੀਆਂ ਵੀ ਮੌਜੂਦਾ ਪਾਰਟੀਆਂ ਨੇ, ਜਿੰਨੇ ਵੀ ਨੇਤਾ ਅੱਜ ਤੋਂ ਪਹਿਲਾਂ ਜਿੱਤ ਚੁੱਕੇ ਨੇ, ਇਹਨਾਂ ਸਾਰਿਆਂ ਨੂੰ ਹਰ ਟਰਮ ਦੀ ਪੈਨਸ਼ਨ ਮਿਲਦੀ, ਜਿਹਨੂੰ ਕਹਿੰਦੇ ਮਲਟੀ ਪੈਨਸ਼ਨ ਯੋਜਨਾ, ਇਹ ਅਸੀਂ ਪੂਰਨ ਤੌਰ 'ਤੇ ਬੰਦ ਕਰਾਵਾਂਗੇ। ਜਦ ਸਾਡੇ ਧੀਆਂ ਪੁੱਤਾਂ ਨੂੰ, ਜਿਹੜੇ ਸਾਡੇ ਆਮ ਘਰਾਂ ਧੀਆਂ ਪੁੱਤ ਨੇ, ਜਿਹਨਾਂ ਨੂੰ ਜਿਹੜੇ 35-35, 40-40 ਸਾਲ ਕਿਸੇ ਅਦਾਰੇ ਵਾਸਤੇ ਕੰਮ ਕਰਦੇ ਜਾਂ ਉਹਨਾਂ ਦੀ ਪੈਨਸ਼ਨ ਬੰਦ ਕਰਤੀ 2004 ਤੋਂ, ਅਤੇ ਨੇਤਾਵਾਂ ਨੂੰ ਮਲਟੀ ਪੈਨਸ਼ਨ ਯੋਜਨਾ ਕਿਉਂ ਮਿਲ ਰਹੀ ਹੈ? ਉਹ ਬੰਦ ਹੋਣੀ ਚਾਹੀਦੀ ਹੈ। ਹਾਂ, ਜੇ ਜਿੰਨੇ ਵੀ ਨੇਤਾ ਨੇ ਉਹਨਾਂ ਨੂੰ, ਉਹਨਾਂ ਜਿਹੜੀ ਮਲਟੀ ਪੈਨਸ਼ਨ ਯੋਜਨਾ ਉਹ ਬੰਦ ਹੋਣੀ ਚਾਹੀਦੀ ਹੈ। ਜਦੋਂ ਅਗਨੀਵੀਰ ਲਿਆ ਕੇ ਸਾਡੇ ਦੇਸ਼ ਦੇ ਨੌਜਵਾਨ ਜਿਹੜੇ ਸਾਡੇ ਰਾਖੀ ਕਰਦੇ, ਜਿਹਨੇ ਬਦੌਲਤ ਅਸੀਂ ਘਰਾਂ ਵਿੱਚ ਆਰਾਮ ਨਾਲ ਰਹਿੰਦੇ ਹਾਂ, ਜਦ ਉਹਨਾਂ ਦੀ ਪੈਨਸ਼ਨ ਬੰਦ ਹੋ ਸਕਦੀ ਹੈ ਤਾਂ ਪੈਨਸ਼ਨ ਨੇਤਾਵਾਂ ਦੀ ਵੀ ਬੰਦ ਹੋਣੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਜਿਹੜਾ ਇੱਕ ਦੀਪ ਸਿੱਧੂ ਪ੍ਰਕਰਨ ਹੋਇਆ ਸੀ ਜਦੋਂ ਉਹਨਾਂ ਨੇ ਲਾਲ ਕਿਲੇ 'ਤੇ ਝੰਡਾ ਫਹਿਰਾਇਆ ਸੀ, ਤੁਹਾਡਾ ਬੜਾ ਅਹਿਮ ਰੋਲ ਰਿਹਾ ਉਹਦੇ 'ਚ, ਸੁਣਿਆ ਜਾਂਦਾ, ਅਤੇ ਉਹ ਕੀ ਰੋਲ ਸੀ ਤੁਹਾਡਾ ਉਹਦੇ 'ਚ? ਜਦੋਂ 26 ਜਨਵਰੀ ਦੀ ਕੌਲ ਹੋਈ, ਜੋ 25 ਜਨਵਰੀ ਨੂੰ ਬਾਰਡਰਾਂ 'ਤੇ ਹੋਇਆ, ਉਸ ਤੋਂ ਬਾਅਦ 26 ਜਨਵਰੀ ਜਿੰਨੇ ਵੀ ਕਿਸਾਨ ਦਿੱਲੀ ਦੇ ਬਾਰਡਰ 'ਤੇ ਆਏ, ਤੁਸੀਂ ਦੇਖਿਆ ਹੋਣਾ ਮੀਡੀਆ ਦੇ ਬਹੁਤ ਸਾਰੇ ਉਹਦੇ ਚੈਨਲ 'ਤੇ ਵੀ ਆਇਆ, ਉੱਥੇ ਜਦੋਂ ਦਿੱਲੀ ਦੇ ਵਿੱਚ ਉਹਨਾਂ ਨੇ ਸਵਾਗਤ ਕੀਤਾ ਫੁੱਲਾਂ ਨਾਲ, ਜਿਹੜਾ ਸਵਾਗਤ ਕੀਤਾ ਉਹ ਉਹਦੀ ਸੇਵਾ ਕਰਨ ਦੀ ਜੋ ਵੀ ਸੀਗਾ ਉਹ ਸਾਡੀ ਝੋਲੀ ਪਿਆ, ਅਸੀਂ ਉੱਥੇ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕੀਤਾ। ਉਸ ਤੋਂ ਬਾਅਦ ਜਿਹੜਾ 26 ਜਨਵਰੀ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ, ਉਹ ਦੀਪ ਸਿੱਧੂ ਸਾਡੇ ਮੋਢਿਆਂ 'ਤੇ ਚੜ੍ਹ ਕੇ ਹੀ ਗਿਆ ਸੀ, ਅਸੀਂ ਉੱਥੇ ਪਜਾਇਆ। ਉਸ ਤੋਂ ਬਾਅਦ ਗ੍ਰਿਫਤਾਰੀਆਂ ਵੀ ਹੋਈਆਂ ਦਿੱਲੀ ਦੇ ਵਿੱਚੋਂ, ਸਭ ਤੋਂ ਪਹਿਲੀ ਕਿਸਾਨੀ ਅੰਦੋਲਨ ਵਿੱਚ ਸਭ ਤੋਂ ਪਹਿਲੀ ਗ੍ਰਿਫਤਾਰੀ ਮੇਰੀ ਹੋਈ, ਜਿਹਦੇ ਵਾਸਤੇ ਮੈਂ 2 ਮਹੀਨੇ ਜੇਲ੍ਹ ਵੀ ਕੱਟੀ ਆ, ਪਰ ਅਸੀਂ ਚਲੋ ਨਹੀਂ ਇੱਦਾਂ ਦੀ ਗੱਲ ਕਹਿੰਦੇ, ਇਹ ਤਾਂ ਇੱਕ ਸੇਵਾ ਸੀਗੀ ਸਾਡੇ ਲੇਖੇ ਆਈ ਹੈ। ਅਤੇ ਦੀਪ ਸਿੱਧੂ ਨਾਲ ਜੇਲ੍ਹ 'ਚ ਰਹੇ 2 ਮਹੀਨੇ, ਉਹਨੇ ਸਾਨੂੰ ਬਹੁਤ ਕੁਝ ਦੱਸਿਆ, ਅੱਜ ਜੋ ਦਿਮਾਗ ਵਿੱਚ ਗੱਲ ਦੀਪ ਸਿੱਧੂ ਪਾ ਗਿਆ ਹੋਇਆ ਉਹ ਨਿਕਲ ਨਹੀਂ ਰਹੀ। ਇੱਕ ਮੇਨ ਕਾਰਨ ਇਹ ਵੀ ਸੀਗਾ ਕਿ ਜਿਹੜਾ ਅਸੀਂ ਆਪਣੇ ਆਪ ਨੂੰ ਇਸ ਲੈਵਲ 'ਤੇ ਲੈ ਕੇ ਆਏ ਕਿ ਉਸਨੇ ਜਿਹੜੀ ਚੀਜ਼ਾਂ ਦਿਮਾਗ ਵਿੱਚ ਪਾਤੀਆਂ ਲੋਕਾਂ ਪ੍ਰਤੀ ਜਾਂ ਪੰਜਾਬ ਪ੍ਰਤੀ ਜਾਂ ਪੰਜਾਬ ਦੇ ਹੱਕਾਂ ਪ੍ਰਤੀ, ਕਿਸਾਨੀ ਪ੍ਰਤੀ, ਜਿਹੜਾ ਮੇਨ ਸਾਡੇ ਇਹਦੇ ਸਾਰਾ WTO ਕਬਜ਼ਾ ਕਰ ਰਿਹਾ ਜਾਂ ਨਿਊ ਵਰਲਡ ਆਰਡਰ ਕਬਜ਼ਾ ਕਰ ਰਿਹਾ, ਉਸਦੇ ਖਿਲਾਫ਼ ਲੜਾਈ ਲੜਨ ਲਈ ਜੋ ਉਹ ਸਾਨੂੰ ਸਿਖਾ ਗਿਆ, ਅਸੀਂ ਉਸੀ ਰਾਹ 'ਤੇ ਤੁਰੇ ਹੋਏ ਹਾਂ। ਜਿਹੜੀ ਕਿਸਾਨੀ ਅੰਦੋਲਨ ਦੀ ਆਪਾਂ ਗੱਲ ਕਰੀਏ, ਤਾਂ ਸਾਨੂੰ ਕੀ ਲੱਗਦਾ ਵੀ ਅਸੀਂ ਬਹੁਤ ਲੰਬਾ ਅਰਸਾ ਦਿੱਲੀ ਬਾਰਡਰ 'ਤੇ ਬੈਠੇ ਰਹੇ, ਹੁਣ ਅਸੀਂ ਸ਼ੰਭੂ ਬਾਰਡਰ 'ਤੇ ਬੈਠੇ ਹਾਂ, ਅਤੇ ਇੰਨੀ ਸਟਰਗਲ ਦੇ ਵਿੱਚ, ਇੰਨੇ ਸੰਘਰਸ਼ 'ਚ ਅਸੀਂ ਕੀ ਅਚੀਵ ਕੀਤਾ ਹੁਣ ਤੱਕ? ਅਚੀਵ ਤਾਂ ਇਹ ਹੈ ਕਿ ਮੈਂ ਪਹਿਲੀ ਅਚੀਵਮੈਂਟ ਦੱਸਦਾ ਸਰਕਾਰਾਂ ਦੀ, ਤੁਸੀਂ ਦੇਖਿਆ ਹੋਣਾ ਕਿ ਜੰਤਰ ਮੰਤਰ 'ਤੇ ਬਹੁਤ ਸਾਰੇ ਧਰਨੇ ਅੰਦੋਲਨ ਚੱਲਦੇ, ਕੋਈ ਸਰਕਾਰ ਪ੍ਰੈਫਰੈਂਸ ਦਿੰਦੀ, ਅਤੇ 12 ਫਰਵਰੀ ਨੂੰ ਕੌਲ ਹੋਈ ਸੀ ਕਿ ਦਿੱਲੀ ਚੱਲਾਂਗੇ ਦੂਸਰੇ ਅੰਦੋਲਨ ਦੇ ਵਿੱਚ, ਉਹ 13 ਫਰਵਰੀ ਸਵੇਰੇ ਨਿਕਲਣਾ ਸੀਗਾ, ਦਿੱਲੀ ਤੋਂ ਮਨਿਸਟਰ ਚੰਡੀਗੜ੍ਹ ਮੀਟਿੰਗਾਂ ਕਰਨ ਆ ਗਏ। ਇਹ ਉਸੀ ਅੰਦੋਲਨ ਦੀ ਪ੍ਰਾਪਤੀ ਸੀਗੀ ਕਿ ਜਦ ਪੰਜਾਬ ਉੱਠੇਗਾ, ਪੰਜਾਬ ਦੀ ਜਵਾਨੀ ਕਿਸਾਨੀ ਉੱਠੇਗੀ, ਕੇਂਦਰ ਤੋਂ ਆਪਣੇ ਹੱਕ ਮੰਗਣ ਜਾਏਗੀ, ਤਾਂ ਕੇਂਦਰ ਦੀਆਂ ਜਿੰਨੀਆਂ ਸਰਕਾਰਾਂ ਨੇ ਉਹ ਪੰਜਾਬ ਵਿੱਚ ਤੁਹਾਡੇ ਘਰ ਆਉਣਗੀਆਂ, ਤੁਹਾਨੂੰ ਪੁੱਛਣਗੀਆਂ, ਤੁਹਾਨੂੰ ਦੁੱਖ ਤਕਲੀਫ ਹੈ, ਇਹ ਉਹਦੀ ਸੀਗੀ। ਦੂਸਰਾ ਜਿਹੜੇ ਵੱਡੀ ਲੜਾਈ ਲੜ ਰਹੇ ਸੀਗੇ ਅਸੀਂ MSP ਦੀ ਲੜਾਈ, MSP 'ਤੇ ਸਰਕਾਰ ਨੇ ਧੋਖਾ ਕੀਤਾ, ਪਰ ਉਸ ਜਿਹੜੇ ਅੰਦੋਲਨ ਦੇ ਵਿੱਚ ਜਿਹੜੀ ਅਚੀਵਮੈਂਟ ਇਹ ਰਹੀ ਹੈ ਕਿ ਜਿਹੜੀ ਸਾਡੀ ਜਥੇਬੰਦੀਆਂ ਸੀਗੀਆਂ, ਉਹ ਜਥੇਬੰਦੀਆਂ ਦਾ ਗਿਆਨ ਇੰਨਾ ਵੱਧ ਗਿਆ, ਅੱਜ ਦਾ ਸਮਾਂ ਇਹ ਹੈ ਕਿ ਜਿੰਨੇ ਵੀ ਸਰਕਾਰ ਦੇ ਮੰਤਰੀ ਨੇ ਕਿਸੇ ਨੂੰ ਉਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਆਉਂਦਾ। ਅਤੇ ਜਿਹੜਾ ਵੱਡਾ ਲਾਂਛਣ ਸਾਡੇ 'ਤੇ ਲਗਾਇਆ ਜਾਂਦਾ ਸੀਗਾ ਪੰਜਾਬ ਦੀ ਜਵਾਨੀ ਉੱਤੇ ਕਿ ਇਹ ਤਾਂ ਨਸ਼ੇੜੀ ਹੈ ਜੀ, ਇਹ ਤਾਂ ਚਿੱਟੇ ਵਾਲੇ ਫਲਾਣਾ ਵਾਲਾ, ਉਹ ਅੰਦੋਲਨ ਦੇ ਨਾਲ ਉਹ ਦਾਗ ਧੋਇਆ ਹੈ, ਅੱਜ ਉਹਦੀ ਹੀ ਬਦੌਲਤ ਇੱਥੇ ਖੜ੍ਹੇ ਹਾਂ। ਹਾਰ ਕੇ ਸਰਕਾਰ ਨੂੰ ਇਹ ਕਰਨਾ ਪਿਆ ਕਿ ਦੇਖਿਆ ਜਦੋਂ 13 ਫਰਵਰੀ ਨੂੰ ਲਗਾਤਾਰ ਗੋਲਾ ਬਰੂਦ, ਤੁਸੀਂ ਦੇਖਿਆ ਚੈਨਲ ਡਰੋਨ ਦੇ ਰਾਹੀਂ ਸਿੱਟਿਆ ਜਾ ਰਿਹਾ ਸੀਗਾ, ਜਦ ਉਹਨਾਂ ਨੇ ਦੇਖਿਆ ਕਿ ਨਹੀਂ ਡਰੇ ਨਹੀਂ ਰੁਕੇ, ਫਿਰ ਸ਼ੁਭ ਕਰਨ ਮੁੰਡਾ ਜਿਹਦੀ 20 ਸਾਲ ਦੀ ਉਮਰ ਸੀ, ਸਿਰ 'ਚ ਗੋਲੀ ਮਾਰ ਕੇ ਕਰਿਆ ਗਿਆ, ਫਿਰ ਸਾਡੇ ਕੋਲ ਗੋਲੀ ਦਾ ਜਵਾਬ ਨਹੀਂ ਹੈ। ਪਰ ਜਿਹੜਾ ਕਿਸਾਨੀ ਅੰਦੋਲਨ ਦੀ ਇਹ ਪ੍ਰਾਪਤੀ ਹੈਗੀ ਆ ਕਿ ਜਿੰਨੇ ਵੀ ਨੌਜਵਾਨ ਸੀਗੇ ਜਿਹੜਾ ਉਹਨਾਂ 'ਤੇ ਦਾਗ ਲੱਗਿਆ ਸੀ ਉਹ ਕਿਸਾਨੀ ਅੰਦੋਲਨ ਵਿੱਚ ਧੋਇਆ ਗਿਆ, ਜਿਹੜਾ ਪੰਜਾਬ ਦਾ ਨੌਜਵਾਨ ਅੱਜ ਫਿਰ ਉਸੇ ਤਰ੍ਹਾਂ ਜਿਵੇਂ ਪੁਰਾਣਾ ਸਾਨੂੰ ਦੱਸਿਆ ਜਾਂਦਾ ਹੈਗਾ ਕਿ ਲੜਨ ਵਾਲੇ ਨੇ, ਲੜਾਕੂ ਨੇ, ਯੋਧੇ ਆ, ਨਹੀਂ ਡਰਦੇ, ਉਹ ਅਸੀਂ ਦੁਬਾਰਾ ਫਿਰ ਹਾਸਲ ਕੀਤਾ, ਇਸੇ ਅੰਦੋਲਨ ਤੋਂ ਹੀ ਹਾਸਲ ਕੀਤਾ। ਬਹੁਤ ਵੱਡੀ ਗੱਲ ਹੈ ਵੀ ਤੁਸੀਂ
ਇੱਕ ਗੱਲ ਕਹੀ ਵੀ ਅਸੀਂ ਲੜਨ ਵਾਲੇ ਹਾਂ, ਯੋਧੇ ਹਾਂ, ਫਾਈਟ ਕਰਨ ਵਾਲੇ ਹਾਂ, ਪਰ ਅਸੀਂ ਗੋਲੀ ਦਾ ਜਵਾਬ ਨਹੀਂ ਦੇ ਸਕਦੇ। ਬਹੁਤ ਵਧੀਆ ਗੱਲ ਹੈ ਵੀ ਸਰਕਾਰਾਂ ਨੂੰ ਅਸੀਂ ਉਹਨਾਂ ਦੀ ਗੋਲੀ ਦਾ ਜਵਾਬ ਨਹੀਂ ਦਿੱਤਾ, ਉਹਨਾਂ ਦੀ ਗੱਲ ਦਾ ਜਵਾਬ ਗੱਲ ਨਾਲ ਜ਼ਰੂਰ ਦਿੰਦੇ ਹਾਂ। ਅਤੇ ਇੱਕ ਇਸ ਤੋਂ ਇਲਾਵਾ ਜਿਹੜਾ ਮੈਂ ਦੁਬਾਰਾ ਤੋਂ ਫਿਰ ਗੱਲ ਕਰਦਾ ਵੀ ਤੁਸੀਂ ਇੱਕ ਕਰਜ਼ਾ ਮੁਕਤੀ ਅਭਿਆਨ ਚਲਾ ਰਹੇ ਹੋ, ਹੈ ਨਾ, ਅਤੇ ਇਹ ਸਿਰਫ ਆਪਣੇ ਪੰਜਾਬ ਸਟੇਟ ਦੇ ਵਿੱਚ ਹੀ ਹੈ ਜਾਂ ਇਹ ਕਿਤੇ ਬਾਕੀ ਇੰਡੀਆ ਦੇ ਕਿਸੇ ਹੋਰ ਭਾਗਾਂ ਦੇ ਵਿੱਚ ਵੀ ਹੋਰ ਹਿੱਸਿਆਂ 'ਚ ਵੀ ਕਰ ਰਹੇ ਹੋ? ਮੈਂ ਤੁਹਾਡੀ ਗੱਲ ਨੂੰ ਸਹੀ ਕਰ ਦਿੰਦਾ, ਜਿਹੜਾ ਕਰਜ਼ ਮੁਕਤ ਭਾਰਤ ਅਭਿਆਨ ਆ ਦੇਸ਼ ਦੇ 38 ਰਾਜਾਂ 'ਚ ਅਸੀਂ ਕੰਮ ਕਰ ਰਹੇ ਹਾਂ। ਦੇਸ਼ ਦਾ ਕੋਈ ਵੀ ਇੱਦਾਂ ਦੀ ਜਾਂ ਮੰਨ ਲਓ ਅੰਡੋਮਾਨ ਨਿਕੋਬਾਰ ਤੱਕ ਵੀ ਸਾਡੇ ਨਾਲ ਲੋਕ ਜੁੜੇ ਹੋਏ ਨੇ। ਅੱਛਾ, ਹਾਂ, ਸਾਡੇ ਸਾਰਿਆਂ ਦੇ ਨੰਬਰ ਆ ਫੇਸਬੁੱਕ, ਯੂਟਿਊਬ, ਜਿੰਨਾ ਵੀ ਸੋਸ਼ਲ ਮੀਡੀਆ ਪਲੇਟਫਾਰਮ ਆ ਤੁਸੀਂ ਉੱਤੇ ਸਰਚ ਕਰ ਸਕਦੇ ਹੋ ਕਰਜ਼ ਮੁਕਤ ਭਾਰਤ ਅਭਿਆਨ। ਸਾਡੇ ਸਾਰੀਆਂ ਸਟੇਟਾਂ ਦੇ ਵਿੱਚ ਕੋਆਰਡੀਨੇਟਰ ਵੀ ਨੇ ਅਤੇ ਸਾਡੀਆਂ ਟੀਮਾਂ ਵੀ ਨੇ ਅਤੇ 38 ਰਾਜਾਂ 'ਚ ਅਸੀਂ ਕੰਮ ਕਰ ਰਹੇ ਹਾਂ, ਵੱਡੇ ਲੈਵਲ 'ਤੇ ਕੰਮ ਕਰ ਰਹੇ ਹਾਂ, ਕਿਉਂਕਿ ਇਹ ਕਿਸੇ ਇੱਕ ਵਿਅਕਤੀ ਦੀ ਮੰਗ ਨਹੀਂ ਹੈ। ਜਿਵੇਂ ਕਿਸਾਨੀ ਅੰਦੋਲਨ 'ਚ ਹੋਇਆ ਸੀਗਾ, ਜਦੋਂ ਜਿਹੜੇ ਕ੍ਰਿਸ਼ੀ ਕਾਨੂੰਨ ਸਰਕਾਰ ਲੈ ਕੇ ਆਈ ਸੀ, ਜਦੋਂ ਉਹ ਰੱਦ ਹੋਏ ਉਹ ਪੂਰੇ ਦੇਸ਼ ਵਿੱਚ ਰੱਦ ਹੋਏ ਸੀਗੇ। ਇਹ ਜਿਹੜਾ ਜਿਹੜਾ ਕਰਜ਼ਾ ਮੁਕਤੀ ਇਹ ਵੀ ਇਹੀ ਹੈ ਕਿ ਜਦੋਂ ਕਰਜ਼ਾ ਮਾਫ਼ ਹੋਏਗਾ ਪੂਰੇ ਦੇਸ਼ ਦੇ ਲੋਕਾਂ ਦਾ ਕਰਜ਼ਾ ਮਾਫ਼ ਕਰਾਵਾਂਗੇ ਜਿਹੜੇ ਸਰਕਾਰ ਦੀ ਗਲਤ ਨੀਤੀਆਂ ਕਰਕੇ ਕਰਜ਼ੇ ਕਾਰਨ ਬਰਬਾਦ ਹੋ ਗਏ। ਦੋਸਤੋ, ਇਹ ਸੀ ਸਾਡੇ ਨਾਲ ਧਰਮਿੰਦਰ ਸਿੰਘ ਹਰਮਨ, ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਖਿਲ ਭਾਰਤੀ ਪਰਿਵਾਰ ਪਾਰਟੀ ਦੇ ਉਮੀਦਵਾਰ ਨੇ, ਅਤੇ ਇਹਨਾਂ ਦਾ ਜਿਹੜਾ ਜੋਸ਼ ਹੈ, ਜਜ਼ਬਾ ਹੈ, ਉਹ ਦੱਸਦਾ ਹੈ ਕਿ ਇਹ ਬਹੁਤ ਸਾਰਾ ਸਮਾਜ 'ਚ ਬਦਲਾਅ ਲਿਆਉਣਾ ਚਾਹੁੰਦੇ ਨੇ। ਧਰਮਿੰਦਰ ਜੀ ਸਾਡੇ ਸਟੂਡੀਓ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ।